Hello everyone, this is Armanjeet and welcome back to YouTube channel. Saat ada ek baar phir to Armanjeet vlog ka YouTube channel the. So hum leke aaye hain ek new video. Ta sare pata hona hai ki aaj Dr. B.R. Ambedkar ji da jan de hain. So tan saad sat pehla Dr. B.R. Ambedkar ji de jan de diyan bahut bahut mubarakah. ਕਿ ਪਿਛਲੀ ਵਾਰ ਵੀ ਸਾਡੇ ਪਿੰਡ ਦੇ ਨੌਜਵਾਨਾਂ ਨੇ ਡਾਕਟਰ ਬੀ ਆਰ ਅੰਬੇਦਕਰ ਜੀ ਦਾ ਜਨਮਦਿਨ ਮਨਾਇਆ ਸੀ ਅਤੇ ਐਤਕੀ ਵੀ ਸਾਡੇ ਪਿੰਡ ਦੇ ਨੌਜਵਾਨਾਂ ਨੇ ਡਾਕਟਰ ਬੀ ਆਰ ਅੰਬੇਦਕਰ ਜੀ ਦਾ ਜਨਮਦਿਨ ਗੁਰਦੁਆਰਾ ਸਾਹਿਬ ਵਿਖੇ ਮਨਾਇਆ। ਸੋ ਤੁਸੀਂ ਦੱਸੋ ਤੁਹਾਨੂੰ ਵੀਡੀਓ ਕਿਵੇਂ ਲੱਗਦੀ ਆ, ਜੇ ਵਧੀਆ ਲੱਗੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਫਿਰ ਵੀ ਦੱਸ ਦਿਓ, ਜੇ ਤੁਹਾਨੂੰ ਵੀਡੀਓ ਵਧੀਆ ਨਾ ਲੱਗੇ ਫਿਰ ਵੀ ਦੱਸ ਦਿਓ। ਐਂਡ ਥੈਂਕ ਯੂ ਫੋਰ ਵਾਚਿੰਗ ਐਂਡ ਕੀਪ ਸਪੋਰਟਿੰਗ ਹੈਸ਼ਟੈਗ ਮਨਜੀਤ ਬਲੌਗਰ। ਧੰਨ ਧੰਨ ਡਾਕਟਰ ਅੰਬੇਦਕਰ ਬਾਬਾ ਸਾਹਿਬ ਜੀ ਦੇ ਮਹਾਰਾਜ ਜੀ ਅਵਤਾਰ ਦਿਹਾੜੇ ਦੀਆਂ ਖੁਸ਼ੀਆਂ ਅੰਦਰ ਆਪ ਜੀ ਦਾ ਸਾਜਿਆ ਨਿਵਾਜਿਆ ਨਗਰ ਪਿੰਡ ਪੰਮੀਆਂ ਦੀਆਂ ਸਮੂਹ ਸੰਗਤਾਂ ਨੇ ਮਿਲ ਕਰਕੇ ਸਤਿਗੁਰੂ ਜੀ ਆਪ ਜੀ ਦੇ ਪਵਿੱਤਰ ਸਮਾਨਾਂ ਤੇ ਮਹਾਰਾਜ ਜੀ ਸੁਖਮਨੀ ਸੁਖੇ ਅੰਮ੍ਰਿਤ ਪ੍ਰਣਾਮ ਅਗਤ ਜਨਾ ਦੇ ਮਨ ਵਿਸ਼ਰਾਮ ਸੁਖਮਨੀ ਸਾਹਿਬ ਜੀ ਦੇ ਜਾਪ ਹੋ ਜਾਣ ਬਾਣੀ ਪੜ੍ਹੀ ਸੁਣੀ ਸੋਧ ਦੇ ਸਤਿਖੰਡ ਵਿੱਚ ਪ੍ਰਵਾਨ ਕਰਨੀ ਬਾਣੀ ਦਾ ਫਲ ਸਾਰ ਸੰਗਤਾਂ ਦੇ ਦਰਦਿਆਂ ਨੂੰ ਵਸਾਉਣਾ ਸੰਗਤਾਂ ਤੇ ਮੇਹਰ ਭਰਿਆ ਲੱਭ ਰੱਖਣਾ ਸੰਗਤਾਂ ਨੂੰ ਨਾਮ ਦਾਨ ਬਖਸ਼ਿਸ਼ ਕਰਨੇ ਮਹਾਰਾਜ ਧੰਨ ਧੰਨ ਬਾਬਾ ਸਾਹਿਬ ਜੀ ਜਿਹਨਾਂ ਦੇ ਕੋਲ ਮਹਾਰਾਜ ਜੀ ਦੀ ਵਿਦਿਆ ਹੈ ਤੇ ਬੱਚਿਆਂ ਨੂੰ ਵਿਦਿਆ ਦੇ ਦਾਨ ਬਖਸ਼ਿਸ਼ ਕਰਨੇ ਅਤੇ ਸਮਤ ਬਖਸ਼ਿਸ਼ ਕਰਨੇ ਇਸ ਮਹਾਰਾਜ ਜੀ ਨੂੰ ਚੱਲਣ ਤੇ ਚਾਲਣਾ ਪਾਉਣ ਚਾਲਣਾ ਪਾਉਣਾ ਮਹਾਰਾਜ ਜੀ ਚੱਲਣ ਤੇ ਸਮਰੱਥਾ ਬਖਸ਼ਿਸ਼ ਕਰਨੀ ਜੋ ਧੰਨ ਧੰਨ ਬਾਬਾ ਸਾਹਿਬ ਜੀ ਇਸ ਸੰਸਾਰ ਤੇ ਆ ਕੇ ਉਹਨਾਂ ਨੇ ਕ੍ਰਾਂਤੀ ਲਿਆਦੀ ਹੈ। ਸੋ ਇਸ ਸੰਸਾਰ ਤੇ ਮਹਾਰਾਜ ਜੀ ਇਸੇ ਤਰ੍ਹਾਂ ਬੱਚਿਆਂ ਨੂੰ ਚੱਲਣ ਦੀ ਚੱਲਣ ਸਮਰੱਥਾ ਬਖਸ਼ਿਸ਼ ਕਰਨੀ ਮਹਾਰਾਜ ਆਪਣੀ ਮਿਹਨਤ ਕਰਨੀ ਰਹਿਮਤ ਕਰਨੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸਾਰੀਆਂ ਹਾਜ਼ਰੀਆਂ ਕਰਦੇ ਪ੍ਰਵਾਨ ਕਰਨੀਆਂ ਨਗਰ ਖੇੜੇ ਵਿੱਚ ਸੁੱਖ ਬਚਾਉਣੇ ਮਹਾਰਾਜ ਆਦੀਆਂ ਵਿਅਰਥੀਆਂ ਦੇ ਨਾਸ਼ ਕਰਨੇ ਦੁੱਖਾਂ ਕਲੇਸ਼ਾਂ ਦੇ ਨਾਸ਼ ਕਰਨੇ ਰੱਖਣੇ ਲੋਕ ਪਰਲੋਕ ਵਿੱਚ ਅੰਗ ਸੰਗ ਸਾਰੇ ਉਹਨਾਂ ਆਪਣਾ ਮੇਲ ਭਰਿਆ ਲੱਭ ਰੱਖਣਾ ਸ਼ੁੱਭ ਭਾਵਨਾ ਪੂਰਨ ਕਰਨੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਹਰਮ ਦਾਨੇ ਪੱਤੇ ਕਰਦੇ ਮਹਾਰਾਜ ਆਪ ਜੀ ਦੀਆਂ ਸੰਗਤਾਂ ਵੱਲੋਂ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਹਾਜ਼ਰ ਹਨ ਗੁਰੂ ਕੇ ਲੰਗਰ ਹਾਜ਼ਰ ਹਨ ਭੋਗ ਆਦੋ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਕਰਨੀ ਜੋ ਸਕੇ ਆਪ ਜੀ ਦਾ ਪਵਿੱਤਰ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਆਪ ਜੀ ਦੇ ਮਹਾਰਾਜ ਦੇ ਸੇਵਕਾਂ ਵੱਲੋਂ ਆਪ ਜੀ ਦੇ ਸਤਿਗੁਰੂ ਪਾਤਸ਼ਾਹ ਜੋ ਮਿੱਠੇ ਦਾ ਪ੍ਰਸ਼ਾਦ ਹਾਜ਼ਰ ਕੀਤਾ ਹੈ ਮਹਾਰਾਜ ਭਾਰਤ ਗੁਰੂ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸਾਰੀਆਂ ਹਾਜ਼ਰੀਆਂ ਕਰਕੇ ਪ੍ਰਵਾਨ ਕਰਨੀਆਂ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਕਿਤਿਆ ਪਰ ਪਾਵਣਾ ਹੋਮੇ ਵਿੱਚੋਂ ਜਾਏ ਸੋ ਸੰਗਤਾਂ ਦੀ ਕੀਤੀ ਹੋਈ ਸੇਵਾ ਸਫਲੇ ਕਰਨੀ ਮਹਾਰਾਜ ਫਲੀਭੂਤ ਕਰਨੀ ਮਹਾਰਾਜ ਜੀ ਕਿਰਪਾ ਕਰਨੀਆਂ ਰਹਿਮਤਾਂ ਕਰਨੀਆਂ ਮਹਾਰਾਜ ਆਪਣੇ ਅਲਾਹੀ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਨਿਹਾਲ ਕਰੋ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਿਆ ਕਰੋ ਕਿਛ ਮਿਹਰ ਪਾਵੋ ਦੁੱਧ ਦੇ ਪੱਤਰ ਤਾਰੇ ਜੀਅ ਨਾਇਕ ਨੰਬਰਾ ਪਰ ਤਪ ਈਤ
ਪਵਿੱਤਰ ਵਰਤੇ ਪਾਤੀ ਪ੍ਰਣ ਪਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ ਸੁਖ ਹੋਵੇ ਦਿਨ ਰਾਤੀ ਸਹੀ ਪਿਆਰੇ ਮਿਲ ਗਿਆ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਿਆ ਹੋਵੇ ਨਾਨਕ ਨਾਮ ਜਪਦੀ ਕਲਾ ਤੇਰੇ ਬਾਣੀ ਸਰਬੱਤ ਅੰਬੇਡਕਰ ਜੀ ਦੇ ਜਨਮ ਦਿਨ ਦੇ ਮੌਕੇ ਤੇ ਆਪਾਂ ਇੱਥੇ ਇਕੱਠੇ ਹੋਏ। ਬੜਾ ਵਧੀਆ ਲੱਗਿਆ ਕਿ ਬਾਬਾ ਸਾਹਿਬ ਦਾ ਜਨਮ ਦਿਨ ਤੁਸੀਂ ਮਹਾਰਾਜ ਦਾ ਸ਼ੁਕਰਾਨਾ ਕਰਨ ਦੇ ਨਾਲ ਸ਼ੁਰੂ ਕੀਤਾ। ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਆਪਾਂ ਯਾਦ ਕਿਉਂ ਕਰਦੇ? ਬੀਬੀਆਂ ਬੈਠੀਆਂ, ਮੇਰੇ ਭਾਈ, ਮੇਰੇ ਦੋਸਤ, ਮੇਰੇ ਬਜ਼ੁਰਗ ਵੀ ਬੈਠੇ ਆ। ਕੀ ਆਪਾਂ ਸੋਚਿਆ ਕਦੀ ਕਿ ਬਾਬਾ ਸਾਹਿਬ ਨੂੰ ਆਪਾਂ ਯਾਦ ਕਿਉਂ ਕਰਦੇ? ਬਾਬਾ ਸਾਹਿਬ ਦੇ ਸਮਕਾਲੀ ਮਹਾਤਮਾ ਗਾਂਧੀ ਜਿਹਨਾਂ ਨੂੰ ਕਿਹਾ ਜਾਂਦਾ, ਉਹ ਵੀ ਸੀ। ਹੋਰ ਵੀ ਬਹੁਤ ਸਾਰੇ ਮਹਾਂਪੁਰਸ਼ ਹੋਏ ਆ ਜਿਹਨਾਂ ਨੂੰ ਆਪਾਂ ਉਹਨਾਂ ਦੇ ਸਮਕਾਲੀ ਗਿਣਦੇ ਹਾਂ, ਤੇ ਬਾਬਾ ਸਾਹਿਬ ਨੂੰ ਯਾਦ ਕਿਉਂ ਕੀਤਾ ਜਾਂਦਾ? ਅੱਜ ਬੜੇ ਅੱਜ ਦਾ ਦਿਨ ਜਿਹੜਾ 14 ਅਪ੍ਰੈਲ ਆ, ਭਾਰਤ ਦੇ ਹਰ ਇੱਕ ਮਨੁੱਖ ਦੀ ਜ਼ਿੰਦਗੀ ਵਿੱਚ ਬਹੁਤ ਵੱਡਾ ਦਿਨ ਰੱਖਦਾ, ਖਾਸ ਕਰਕੇ ਬੀਬੀਆਂ ਦੇ, ਕਿਉਂਕਿ ਭਾਈ ਜਿਹੜੇ ਜਾਂ ਦੋਸਤ ਜਾਂ ਸੋਸ਼ਲ ਮੀਡੀਆ ਯੂਜ ਕਰਦੇ ਆ ਜਾਂ ਇੱਕ ਦੂਸਰੇ ਨਾਲ ਬਹਿੰਦੇ ਉੱਠਦੇ ਆ, ਕੁਛ ਕੁ ਉਹਨਾਂ ਨੂੰ ਪਤਾ ਬਾਬਾ ਸਾਹਿਬ ਬਾਰੇ, ਪਰ ਜਿਹੜੀਆਂ ਬੀਬੀਆਂ ਉਹਨਾਂ ਨੂੰ ਨਹੀਂ ਪਤਾ। ਬਾਬਾ ਸਾਹਿਬ ਖੁਦ ਕਿਹਾ ਕਰਦੇ ਸੀ, ਜੇ ਕਿਸੇ ਸਮਾਜ ਦੀ ਤਰੱਕੀ ਦੇਖਣੀ ਆ ਨਾ, ਤੇ ਉੱਥੇ ਦੀਆਂ ਔਰਤਾਂ ਦੀ ਤਰੱਕੀ ਦੇਖਣੀ ਪਊ, ਵੀ ਔਰਤਾਂ ਕਿੰਨੀਆਂ ਕੁਆਲਿਫਾਈਡ ਹੁੰਦੀਆਂ, ਕਿੰਨੀਆਂ ਸਮਾਜ ਦੇ ਨਾਲ ਤਾਲਮੇਲ ਬਣਾ ਕੇ ਚੱਲਦੀਆਂ। ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਸਭ ਤੋਂ ਵੱਧ ਕੰਮ ਔਰਤਾਂ ਦੇ ਲਈ ਕੀਤਾ। ਔਰਤਾਂ ਨੇ ਕਿਹੜਾ ਕੰਮ ਕੀਤਾ? ਅੱਜ ਜੋ ਹੋਇਆ ਪਰਿਵਰਤਨ ਹੋਇਆ, ਉਹ 26 ਜਨਵਰੀ 1950 ਨੂੰ ਲਾਗੂ ਸੰਵਿਧਾਨ ਦੇ ਤੌਰ ਤੇ ਹੋਇਆ, ਕਿਉਂਕਿ ਅਕਸਰ ਜਦੋਂ ਬਾਬਾ ਸਾਹਿਬ ਦਾ ਨਾਂ ਲਿਆ ਜਾਂਦਾ ਤਾਂ ਉਹਨਾਂ ਨੂੰ ਕਿਹਾ ਜਾਂਦਾ ਕਿ ਉਹਨਾਂ ਨੇ ਭਾਰਤ ਦਾ ਸੰਵਿਧਾਨ ਲਿਖਿਆ ਜਿਹਦੇ ਵਿੱਚ ਸਾਡੇ ਹੱਕ ਸਾਡੇ ਲਈ ਸੁਨਿਸ਼ਚਿਤ ਲਿਖਿਆ। ਇਹਨੂੰ ਸਰਲ ਭਾਸ਼ਾ ਵਿੱਚ ਕਿਤਾਬੀ ਭਾਸ਼ਾ ਕੀਤਾ ਗਿਆ ਜਾਂਦਾ, ਪਰ ਜੇਕਰ ਆਪਾਂ ਉੱਦਾਂ ਗੱਲ ਕਰੀਏ ਬਈ 1950 ਤੋਂ ਪਹਿਲਾਂ ਦਾ ਸਮਾਜ ਕੀ ਸੀ, ਜੇ ਸਾਡੀ ਜ਼ਿੰਦਗੀ 'ਚ ਪਰਿਵਰਤਨ ਆਇਆ ਤਾਂ ਉਹ ਕੀ ਪਰਿਵਰਤਨ ਸੀ, ਪਹਿਲਾਂ ਕੀ ਸੀ? ਸਮਾਂ ਵੀ ਘੱਟ ਹੈ ਤੇ ਇਸ ਕਰਕੇ ਮੈਂ ਤੁਹਾਨੂੰ ਸਿਰਫ ਹਿੰਦੂ ਕੋਲ ਬਿੱਲ ਬਾਰੇ ਦੱਸੂਗਾ ਵੀ ਕੀ ਫਰਕ ਪਿਆ ਸੀ। 26 ਜਨਵਰੀ 1950 ਤੋਂ ਪਹਿਲਾਂ ਇਸ ਦੇਸ਼ ਦੇ ਵਿੱਚ ਇੱਕ ਕਾਨੂੰਨ ਚੱਲਦਾ ਸੀ ਤੇ 1950 ਨੂੰ ਭਾਰਤੀ ਸੰਵਿਧਾਨ ਦੇ ਤੌਰ ਤੇ ਕਾਨੂੰਨ ਸਥਾਪਿਤ ਕੀਤਾ ਗਿਆ। 1950 ਤੋਂ ਪਹਿਲਾਂ ਜਿਹੜਾ ਕਾਨੂੰਨ ਸੀ ਉਹਦਾ ਨਾਂ ਸੀ ਮਨੁਸਮ੍ਰਿਤੀ। ਮੈਨੂੰ ਲੱਗਦਾ ਮੇਰੇ ਦੋਸਤਾਂ ਨੇ ਸੁਣੀ ਹੋਈ ਗੱਲ ਮਨੁਸਮ੍ਰਿਤੀ ਬਾਰੇ, ਉਹ ਵੀ ਇੱਕ ਗ੍ਰੰਥ ਸੀ, ਉਹ ਕਾਨੂੰਨ ਸੀ ਲਾਗੂ ਪਹਿਲਾਂ ਇੱਥੇ। ਉਸ ਕਾਨੂੰਨ ਦੇ ਵਿੱਚ ਇੱਕੋ ਹੀ ਕਮਿਊਨਿਟੀ ਬਾਰੇ ਗੱਲਾਂ ਕਰਾਂਗੇ, ਆਪਾਂ ਸਿਰਫ ਔਰਤ ਦੀ ਗੱਲ ਕਰਨੀ ਤੇ ਔਰਤ ਬਾਰੇ ਕੀ ਲਿਖਿਆ ਸੀ। ਉਸ ਮਨੁਸਮ੍ਰਿਤੀ ਵਿੱਚ ਔਰਤ ਬਾਰੇ ਇਹ ਲਿਖਿਆ ਗਿਆ ਸੀ ਕਿ ਔਰਤ ਜਿਹੜੀ ਆ ਉਹ ਇੱਕ ਜਾਇਦਾਦ, ਉਹਨੂੰ ਵੇਚਿਆ ਜਾ ਸਕਦਾ, ਉਹਨੂੰ ਖਰੀਦਿਆ ਵੀ ਜਾ ਸਕਦਾ, ਉਹਨੂੰ ਗਹਿਣੇ ਵੀ ਰੱਖਿਆ ਜਾ ਸਕਦਾ, ਉਹਨੂੰ ਜੂਏ ਦੇ ਵਿੱਚ ਹਾਰਿਆ ਵੀ ਜਾ ਸਕਦਾ। ਇਹ ਉਸ ਸਮੇਂ ਦੀ ਗੱਲ ਹੈ ਜਦੋਂ 1950 ਦਾ ਸੰਵਿਧਾਨ ਨਹੀਂ ਸੀ, ਉਦੋਂ ਮਨੁਸਮ੍ਰਿਤੀ
ਲਾਗੂ ਸਾਗੂ ਅੱਜ ਆਪਾਂ ਨੂੰ ਇਹ ਲੱਗ ਸਕਦਾ ਵੀ ਇੱਦਾਂ ਕਿੱਦਾਂ ਹੋ ਸਕਦਾ ਵੀ ਔਰਤ ਨੂੰ ਵੇਚ ਲਈ। ਅੱਜ ਦੇ ਸਮੇਂ 'ਚ ਸਾਨੂੰ ਥੋੜ੍ਹੀ ਇਹ ਗੱਲ ਅਜੀਬ ਲੱਗ ਸਕਦੀ ਵੀ ਇੱਦਾਂ ਨਹੀਂ ਹੁੰਦਾ, ਪਰ ਉਦੋਂ ਇੱਦਾਂ ਹੀ ਸੀ। ਉਦੋਂ ਕੀ ਹੁੰਦਾ ਸੀ, ਔਰਤ ਨੂੰ ਇਹ ਨਿਰਦੇਸ਼ ਦਿੱਤਾ ਜਾਂਦਾ ਸੀ ਵੀ ਤੇਰੇ ਜਦੋਂ ਤੈਨੂੰ ਵਿਆਹ ਦਿੱਤਾ ਜਾਂਦਾ ਹੈ ਤੇ ਤੇਰਾ ਸਾਰਾ ਕੁਛ ਤੇਰੇ ਘਰ ਵਾਲਾ ਆ, ਉਹ ਵੀ ਤੇਰੇ ਹਰ ਇੱਕ ਚੀਜ਼ ਦੇ ਫੈਸਲੇ ਲਓ। ਜਦੋਂ ਘਰ ਵਾਲਾ ਮੁੱਕ ਗਿਆ ਤੇ ਜਿਹੜੀ ਉਹਦਾ ਮੁੰਡਾ ਹੋਊਗਾ ਉਹ ਉਹਦੇ ਮੁੰਡੇ ਦੀ ਮਰਜ਼ੀ ਦੇ ਹਿਸਾਬ ਨਾਲ ਚੱਲ, ਤੇ ਜਦੋਂ ਬੇਟੀ ਆ ਉਦੋਂ ਬਾਪ ਦੀ ਮਰਜ਼ੀ ਦੇ ਹਿਸਾਬ ਨਾਲ ਚੱਲੂ। ਸਤੀ ਪ੍ਰਥਾ ਬਾਰੇ ਸਾਡੇ ਬੱਚਿਆਂ ਨੇ ਪੜ੍ਹਿਆ ਆ, ਪਰ ਉਹਨਾਂ ਨੂੰ ਉਹਦਾ ਅਸਲ ਨਹੀਂ ਪਤਾ ਵੀ ਹੁੰਦਾ ਕਿੱਦਾਂ ਸੀ। ਸਤੀ ਪ੍ਰਥਾ ਵਿੱਚ ਜਦੋਂ ਛੋਟੀ ਉਮਰ ਵਿੱਚ ਬੱਚੀ ਦਾ ਵਿਆਹ ਕਰ ਦਿੱਤਾ ਜਾਂਦਾ ਸੀ, ਬੱਚੀ ਜਾਂਦੀ ਨਹੀਂ ਸੀ, ਪੇਕਿਆਂ ਉੱਤੇ ਸਹੁਰਿਆਂ ਤੇ ਭੇਜਿਆ ਵੀ ਸੀ ਜਾਂਦਾ, ਜੇ ਬੱਚਾ ਛੋਟਾ ਹੁੰਦਾ ਸੀ ਉਹ ਹਜੇ ਸਹੁਰਿਆਂ ਦੇ ਗਈ ਵੀ ਨਹੀਂ ਹੁੰਦੀ। ਜੇਕਰ ਉਹਦੇ ਉੱਥੇ ਵੀ ਘਰ ਵਾਲੇ ਦੀ ਮੌਤ ਹੋ ਜਾਂਦੀ ਸੀ ਫਿਰ ਵੀ ਉਹਨੂੰ ਵਿਧਵਾ ਹੀ ਕਿਹਾ ਜਾਂਦਾ ਸੀ। ਉਹਦੇ ਮਰਨ ਦੇ ਨਾਲ ਉਹਦੀ ਚਿਖਾ ਦੇ ਉੱਤੇ ਬੱਚੇ ਨੂੰ ਵੀ ਨਾਲ ਹੀ ਸਾੜ ਦਿੱਤਾ ਜਾਂਦਾ ਸੀ। ਅੱਜ ਦੀਆਂ ਅੱਜ ਇਹ ਗੱਲਾਂ ਤੁਹਾਨੂੰ ਕਿੱਦਾਂ ਮੈਨੂੰ ਫੀਲ ਹੁੰਦਾ ਵੀ ਤਾਂ ਹੋ ਨਹੀਂ ਸਕਦਾ ਵੀ ਕਿਹੜੇ ਜਮਾਨ ਦੀ ਗੱਲ ਕਰਦੇ ਪਏ। ਅੱਛਾ, ਜਦੋਂ ਉਹਦਾ ਮਕਲਾਵਾ ਹੋ ਗਿਆ, ਪਹਿਲਾਂ ਕੱਲ ਇਹ ਹੁੰਦਾ ਸੀਗਾ ਵੀ ਕੋਈ ਮੇਲ ਨਹੀਂ ਸੀ ਦੇਖਿਆ ਜਾਂਦਾ, ਜਿਹਨੂੰ ਆਪਾਂ ਮੈਚ ਕਹਿੰਦੇ ਨੇ ਨਾ, ਅੱਜ ਨਹੀਂ ਸੀ ਦੇਖਿਆ ਜਾਂਦਾ। ਉਦੋਂ ਕਿੰਨੀ ਵੀ ਉਮਰ ਦੇ ਬੰਦੇ ਦੇ ਨਾਲ ਇੱਕ ਬੱਚੇ ਨੂੰ ਵਿਆਹ ਦਿੱਤਾ ਜਾਂਦਾ ਸੀ, ਉਹ 5-7-8 ਸਾਲ ਦੇ ਬਾਅਦ ਉਹਦੀ ਡੈਥ ਹੋ ਜਾਂਦੀ ਸੀ, ਉਹ ਵਿਧਵਾ ਹੁੰਦੀ ਸੀ, ਉਹਨੂੰ ਵਿਆਹ ਦਾ ਹੱਕ ਨਹੀਂ ਹੁੰਦਾ ਸੀ ਦੁਬਾਰਾ ਵਿਆਹ ਦਾ। ਜਦੋਂ ਆਪਾਂ ਕਹਿ ਦਿੰਦੇ ਹਾਂ ਨਾ ਵੀ ਅੱਜ ਕੋਈ ਭੈਣ ਜਾਂ ਬੱਚੀ ਸਾਡੀ ਦੇ ਘਰ ਵਾਲਾ ਜਾਂ ਵਿਧਵਾ ਹੋ ਗਈ ਤੇ ਉਹਦਾ ਦੁਬਾਰਾ ਵਿਆਹ ਕਰ ਦਿੱਤਾ ਜਾਂਦਾ, ਉਦੋਂ ਨਹੀਂ ਸੀ। ਇਹਦਾ ਮਤਲਬ ਕੀ ਸੀ, ਪਹਿਲਾਂ ਤਾਂ ਉਹਨੂੰ ਸਤੀ ਕਰ ਦਿੱਤਾ ਜਾਂਦਾ ਔਰ ਖਤਮ ਹੀ ਕਰ। ਦੇਖੋ ਮਤਲਬ ਸੋਚ ਕੇ ਦੇਖੋ ਤੁਸੀਂ, ਔਰਤ ਕੀ ਮਨੁੱਖ ਸੀ, ਉਹਨੂੰ ਮਨੁੱਖ ਮੰਨਣ ਤੋਂ ਹੀ ਨਾ ਕਰ ਦਿੱਤਾ ਸੀ ਮਨੁਸਮ੍ਰਿਤੀ ਦੇ ਵਿੱਚ। ਮਨੁਸਮ੍ਰਿਤੀ ਇੱਕ ਕਿਤਾਬ ਜਿੱਦਾਂ ਭਾਰਤੀ ਸੰਵਿਧਾਨ ਏਦਾਂ ਹੀ ਉਹ ਲਾਗੂ ਸੀ। ਦੇਖੋ ਪੁਰਾਣੀ ਗੱਲ ਮੈਂ ਤੁਹਾਨੂੰ ਤਾਂ ਦੱਸਦਾ ਪਿਆ ਵੀ ਤੁਹਾਨੂੰ ਅੱਜ ਦਾ ਪਤਾ ਲੱਗੇ ਅੱਜ ਸਾਡੀ ਜ਼ਿੰਦਗੀ ਕਿੰਨੀ ਸੌਖੀ ਹੈ। ਜੇ ਪੁਰਾਣੇ ਮਾੜੇ ਹਾਲਾਤਾਂ ਦਾ ਨਾ ਪਤਾ ਦੱਸਿਆ ਜਾਵੇ ਤੇ ਅੱਜ ਚੰਗੇ ਹਾਲਾਤਾਂ ਬਾਰੇ ਤੁਹਾਨੂੰ ਪਤਾ ਨਹੀਂ ਲੱਗੇ। ਫਿਰ ਕਿਸੇ ਔਰਤ ਨੂੰ ਵੇਚ ਦਿਓ, ਔਰਤ ਨੂੰ ਗਹਿਣੇ ਰੱਖ ਦਿਓ। ਗਹਿਣੇ ਰੱਖਣ ਦੀ ਤਾਂ ਉਦਾਹਰਣ ਬਹੁਤ ਵੱਡੀ ਆ, ਤੁਸੀਂ ਆਪ ਟੀਵੀ ਵਿੱਚ ਦੇਖਦੇ ਰਹੇ ਆ, ਮੈਂ ਬੋਲਦਾ ਜੀ ਉਹਦੇ ਬਾਰੇ ਤੁਹਾਨੂੰ ਆਪਣੇ ਆਪ ਪਤਾ। ਰਾਜਿਆਂ ਨੇ ਰੱਖ ਦਿੱਤਾ ਗਹਿਣੇ ਉਹਨਾਂ ਨੂੰ, ਤਾਂ ਸਾਡੇ ਕੋਲ ਹੋਰ ਕੁਛ ਹਾਰ ਨੂੰ ਮਿਲੀ ਵੀ ਤੁਸੀਂ ਇਹਨੂੰ ਅਸੀਂ ਰੱਖਦੇ ਹਾਂ ਵੀ ਜੇ ਮੈਂ ਹਰ ਗਿਆ ਤਾਂ ਮੇਰੀ ਘਰ ਵਾਲੀ ਜਿਹੜੀ ਕੀ ਹੋ ਗਈ ਤੁਸੀਂ ਲੈ ਜਾਓ। ਇਹ ਔਰਤ ਦੇ ਇਹ ਉਸ ਸਮੇਂ ਦੀ ਔਰਤ ਦਾ ਸੀਗਾ ਜਦੋਂ ਭਾਰਤੀ ਸੰਵਿਧਾਨ ਲਾਗੂ ਨਹੀਂ ਹੋਇਆ ਸੀ। ਅੱਛਾ, ਉਸ ਤੋਂ ਬਾਅਦ ਔਰਤ ਜਿਹੜੀ ਹੈ ਉਹਦੇ ਕੱਪੜੇ ਕਿੱਦਾਂ ਦੇ ਹੋ, ਤੁਸੀਂ ਮੇਰੀਆਂ ਮਾਵਾਂ ਵੀ ਆ ਭੈਣਾਂ ਵੀ, ਪਰ ਮੈਨੂੰ ਸ਼ਰਮ ਨਹੀਂ ਆਉਣੀ ਇਹ ਗੱਲ ਕਰਨ ਲੱਗੀ ਆ, ਕਿਉਂਕਿ ਮੈਂ ਸੱਚੀ ਦੱਸ ਕੇ ਜਾਊਂਗਾ ਜੋ ਮੈਂ ਪੜ੍ਹਿਆ ਸੁਣਿਆ ਤੇ ਦੇਖਿਆ। ਇੱਥੇ ਦਾ ਪਤਾ ਨਹੀਂ, ਕੈਰਲਾ ਦੇ ਵਿੱਚ ਨਮੂਦਰੀ ਪਾਲ ਨਾਂ ਦੀ ਜਾਤੀ ਹੁੰਦੀ ਸੀ ਜਿਹਨੂੰ ਔਰਤ ਨੂੰ ਕੱਪੜੇ ਪਾਉਣ ਦਾ ਹੱਕ ਨਹੀਂ ਸੀ। ਹੁਣ ਤੁਸੀਂ ਸੋਚ ਕੇ ਦੇਖੋ ਕੱਪੜੇ ਨਾ ਪਾਉਣ ਦਾ ਹੱਕ ਮਤਲਬ ਫਿਰ ਮਤਲਬ ਤੁਸੀਂ ਕੱਪੜੇ ਨਹੀਂ ਪਾਉਣੇ। ਜੇ ਤੁਸੀਂ ਕੱਪੜੇ ਪਾਉਣੇ ਆ ਤਾਂ ਤੁਹਾਨੂੰ ਟੈਕਸ ਦੇਣਾ ਪੈਂਦਾ, ਉਹਨੂੰ ਬ੍ਰੈਸਟ ਟੈਕਸ ਕਹਿੰਦੇ ਸੀ, ਉਹਨੂੰ ਕਹਿੰਦੇ ਸੀਗੇ ਬ੍ਰੈਸਟ ਟੈਕਸ। ਜੇ ਤੁਸੀਂ ਦਿੰਦੇ ਆ ਤਾਂ ਫਿਰ ਤੁਸੀਂ ਕੱਪੜੇ ਪਾ ਸਕਦੇ, ਜੇ ਤਾਂ ਨਹੀਂ ਪਾ ਸਕਦੇ। ਇੱਦਾਂ ਦੇ ਹਾਲਾਤ ਦੇ ਵਿੱਚੋਂ ਜਦੋਂ ਔਰਤ ਨੂੰ ਕੱਢ ਕੇ
ਬਾਬਾ ਸਾਹਿਬ ਨੇ ਲੋਕਾਂ ਦੀ ਜ਼ਿੰਦਗੀ ਦਿੱਤੀ ਆ, ਜਿਹਦੇ ਵਿੱਚ ਤੁਹਾਨੂੰ ਬਰਾਬਰ ਸਤਿਕਾਰ ਕੀਤਾ ਜਾਂਦਾ, ਬਰਾਬਰ ਰਿਸਪੈਕਟ ਦਿੱਤੀ ਜਾਂਦੀ ਆ, ਫਿਰ ਸਾਨੂੰ ਪਤਾ ਲੱਗਣਾ ਕਿ ਅਸੀਂ ਕਿੱਥੋਂ ਨਿਕਲ ਕੇ ਆਏ। ਤੇ ਇਹ ਸ਼ੁਕਰ ਕਰਨ ਨਾਲ ਹੀ ਸਾਰਨਾ ਨਹੀਂ ਕਰਨਾ, ਤੇ ਸ਼ੁਕਰ ਆ ਸਾਨੂੰ ਬਚਾ ਲਿਆ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ, ਅਸੀਂ ਉਹਨਾਂ ਦਾ ਰਿਣ ਨਹੀਂ ਚੁਕਾ ਸਕਦੇ। ਇਹ ਸ਼ੁਕਰ ਕਰਨ ਦੇ ਨਾਲ ਹੀ ਨਹੀਂ ਸਰਨਾ, ਕਿਉਂਕਿ ਆਉਣ ਵਾਲਾ ਸਮਾਂ ਇਹ ਤੋਂ ਵੀ ਮਾੜਾ ਹੈ, ਆਉਣ ਵਾਲਾ ਸਮਾਂ ਇਹ ਤੋਂ ਵੀ ਮਾੜਾ ਹੈ। ਜਦੋਂ ਤੱਕ ਬਾਬਾ ਸਾਹਿਬ ਸੀਗੇ ਉਹ ਲੜਦੇ ਨੇ, ਤੇ ਉਹਨੇ ਉਹ ਕੰਮ ਕਰ ਦਿੱਤਾ ਜਿਹੜਾ ਨਹੀਂ ਹੋ ਸਕਦਾ ਸੀ। ਅੱਜ ਬਾਬਾ ਸਾਹਿਬ ਨਹੀਂ ਹੈਗੇ ਜਿਹਨਾਂ ਨੇ ਕੀਤਾ, ਜੇਕਰ ਉਹੀ ਨਾ ਆਪਣੀ ਗੱਲ ਕਰਨ ਲੱਗੇ ਤੇ ਆਉਣ ਵਾਲਾ ਸਮਾਂ ਇਸ ਤੋਂ ਵੀ ਮਾੜਾ ਹੋ ਸਕਦਾ। ਇੱਥੇ ਇਹ ਇਸ ਗੱਲ ਨੂੰ ਤੁਸੀਂ ਇਸ ਲਹਿਜੇ 'ਚ ਬਿਨਾਂ ਲਓ ਕਿ ਸਾਨੂੰ ਡਰਨਾ ਚਾਹੀਦਾ। ਦੇਖੋ ਤੁਹਾਡੇ ਕੋਲ ਜ਼ੁਬਾਨ ਆ, ਤੁਹਾਡੇ ਕੋਲ ਐਜੂਕੇਸ਼ਨ ਆ, ਬੱਚੇ ਪੜ੍ਹਦੇ, ਕਾਲਜ ਜਾਂਦੇ, ਸੋਸ਼ਲ ਮੀਡੀਆ ਬੋਲਣਾ ਹੀ ਆ। ਜੇ ਕਿਸੇ ਨਾਲ ਧੱਕਾ ਹੁੰਦਾ ਜਾਂ ਕਿਸੇ ਨਾਲ ਕੋਈ ਗਲਤ ਹੁੰਦਾ, ਉਹਨੇ ਖੜ ਕੇ ਗੱਲ ਹੀ ਕਰਨੀ ਆ ਵੀ ਗਲਤ ਆ। ਬਾਬਾ ਸਾਹਿਬ ਦੇ ਕੋਲ ਵੀ ਗੱਲ ਥੋੜਾ ਸੀ ਕੋਈ, ਉਹਨਾਂ ਕੋਲ ਵੀ ਕੋਈ ਗੱਲ ਨਹੀਂ ਸੀ, ਉਹਨਾਂ ਕੋਲ ਵਿਚਾਰ ਸੀ, ਤਾਂ ਉਹਨਾਂ ਦੇ ਵਿਚਾਰਾਂ ਦੇ ਬਾਰੇ ਕੋਈ ਖੜਦਾ ਨਹੀਂ ਸੀ। ਇਹ ਸਮਾਂ ਉਦੋਂ ਸੀ ਜਦੋਂ ਭਾਰਤੀ ਸੰਵਿਧਾਨ ਲਾਗੂ ਨਹੀਂ ਹੋਇਆ ਸੀ, ਮਨੁਸਮ੍ਰਿਤੀ ਵਿੱਚ ਸਮਾਜ ਦੀ ਵੰਡ ਕੀਤੀ ਗਈ ਸੀ ਵੀ ਕਿਹੜਾ ਕਿਹੜਾ ਬੰਦਾ ਹੈ, ਕਿਹੜੀ ਕਿਹੜੀ ਜਾਤ ਕਿੱਦਾਂ ਰਹੂਗੀ, ਉਹ ਤੇ ਡਿਟੇਲ ਤੇ ਆਪਾਂ ਨਹੀਂ ਜਾਣਾ। ਅੱਜ ਮੈਂ ਤੁਹਾਨੂੰ ਸਥਿਤੀ ਦੱਸਣੀ ਹੈ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਸਾਡਾ ਸਿਰਫ ਤੇ ਸਿਰਫ ਜੇਕਰ ਕੋਈ ਆਈਡਲ ਹੈਗਾ ਤਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ। ਹੁਣ 26 ਜਨਵਰੀ 1950 ਨੂੰ ਇੱਕ ਕਾਨੂੰਨ ਬਣਦਾ ਆ ਜਿਹਦੇ ਵਿੱਚ ਸਾਰਿਆਂ ਨੂੰ ਬਰਾਬਰ ਕਰ ਦਿੱਤਾ ਜਾਂਦਾ। ਜਿਹੜੇ ਮੇਰੇ ਵੀਰ ਮੇਰੀਆਂ ਭੈਣਾਂ ਪੜ੍ਹੀਆਂ ਕਾਲਜ ਜਾਂਦੀਆਂ ਆ, ਉਹਨਾਂ ਨੇ ਪੜ੍ਹਿਆ ਹੋਣਾ ਕਿ ਜਦੋਂ ਵੋਟ ਦਾ ਹੱਕ ਮਿਲਿਆ ਸੀ ਜਾਂ ਮਿਲਣਾ ਸੀ ਨਾ, ਇੱਕ ਵੱਡੀ ਆਬਾਦੀ ਨੂੰ ਬੰਦੇ ਮੰਨਣ ਤੋਂ ਨਾ ਕਰ ਦਿੱਤੀ ਸੀ। ਉਹ ਕਹਿੰਦੇ ਇਹਨਾਂ ਨੂੰ ਕੀ ਕਹਿਣਾ, ਇਹਨਾਂ ਦੀ ਵੋਟ ਕਰ ਲਈ, ਇਹ ਤਾਂ ਵੋਟ ਹੀ ਨਹੀਂ ਪਾ ਸਕਦੇ। ਉਹ ਵੱਡੀ ਸਾਦੀ ਸੀ, ਉਹ ਵੱਡੀ ਆਬਾਦੀ ਜਿਹੜੀ ਸੀ ਉਹ ਸਾਡੀ ਸਾਦੀ, ਉਹਨੂੰ ਇਨਕਾਰ ਕਰ ਦਿੱਤਾ ਵੀ ਨਹੀਂ ਵੋਟ ਦੇਣੀ। ਬਾਬਾ ਸਾਹਿਬ ਨੇ ਲੜ ਕੇ 1950 'ਚ ਕੁਛ ਵੀ ਕਰਕੇ ਵੋਟ ਲੈ ਕੇ ਦਿੱਤੀ। ਅਸੀਂ ਵੋਟ ਨਾਲ ਸਰਕਾਰ ਚੁਣਦੇ ਹਾਂ ਜਿਹੜੀ ਸਾਡਾ ਦੇਖ ਰੇਖ ਸਾਡਾ ਰੱਖ ਰਖਾਓ ਕਰਦੀ ਹੈ। ਹੁਣ 26 ਜਨਵਰੀ 1950 ਤੋਂ ਬਾਅਦ ਔਰਤ ਦੀ ਸਥਿਤੀ ਕਿੱਦਾਂ ਬਦਲੀ? ਜਿਸ ਔਰਤ ਨੂੰ ਵੇਚ ਦਿੱਤਾ ਜਾਂਦਾ ਸੀ, ਖਰੀਦ ਲਿਆ ਜਾਂਦਾ ਸੀ ਜਾਂ ਸਤੀ ਕਰ ਦਿੱਤਾ ਜਾਂਦਾ ਸੀ, ਉਹੀ ਔਰਤ ਦੇਸ਼ ਦੀ ਪ੍ਰਧਾਨ ਮੰਤਰੀ ਬਣ ਗਈ, ਉਹੀ ਔਰਤ ਬੜੇ ਬੜੇ ਸੂਬਿਆਂ ਦੇ ਮੁੱਖ ਮੰਤਰੀ ਬਣ ਗਈ, ਉਹੀ ਔਰਤ ਅੱਜ ਜਿਹੜੀ ਹੈ ਉਹ ਰਾਸ਼ਟਰਪਤੀ ਬਣੀ। ਕੀ ਇਹ ਪੋਸੀਬਲ ਸੀ ਜੇ ਸੰਵਿਧਾਨ ਨਾ ਹੁੰਦਾ? ਜੇ ਅੱਜ ਵੀ ਮਨੁਸਮ੍ਰਿਤੀ ਲਾਗੂ ਹੁੰਦੀ ਤਾਂ ਕੀ ਇੱਦਾਂ ਹੋ ਸਕਦਾ ਸੀ? ਨਹੀਂ ਹੋ ਸਕਦਾ। ਇਸ ਕਰਕੇ ਅਸੀਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਯਾਦ ਕਰਨਾ। ਦੇਖੋ ਹਰ ਇੱਕ ਦਾ ਆਪਣਾ ਆਪਣਾ ਨਜ਼ਰੀਆ ਹੁੰਦਾ ਤੇ ਨਜ਼ਰੀਆ ਸਿੱਖਿਆ ਤੇ ਗਿਆਨ ਨਾਲ ਕਹਿ ਹੁੰਦਾ। ਜਿਹੜੇ ਮੇਰੇ ਵੀਰ ਨਹੀਂ ਪੜ੍ਹ ਸਕੇ, ਸਮਾਜ ਵਿੱਚ ਨਹੀਂ ਉਚਰ ਸਕੇ, ਜਿਹਨਾਂ ਦੀ ਸਾਰੀ ਜ਼ਿੰਦਗੀ ਆਪਣੀ ਰੋਜ਼ੀ ਰੋਟੀ ਕਮਾਉਣ ਵਿੱਚ ਲੰਘ ਗਈ, ਉਹਨਾਂ ਦਾ ਕਸੂਰ ਨਹੀਂ ਹੈ, ਕਿਉਂਕਿ ਉਹ ਇਸ ਪਾਸੇ ਵੱਲ ਨਹੀਂ ਜਾ ਸਕਦੇ। ਕਸੂਰ ਸਮਾਜ ਵਿੱਚ ਪੜ੍ਹੇ ਲਿਖੇ ਲੋਕਾਂ ਦਾ, ਜਿਹਨਾਂ ਕੋਲ ਸਮਾਂ ਸੀ ਉਹਨਾਂ ਦਾ, ਜਿਹੜੇ ਪੜ੍ਹ ਸਕਦੇ ਸੀ ਉਹਨਾਂ ਦਾ, ਜ਼ਿੰਮੇਵਾਰੀ ਉਹਨਾਂ ਦੀ ਸੀ ਕਿ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਿਵੇਂ ਦੱਸਣਗੇ। ਇਹ ਬਾਬਾ ਸਾਹਿਬ ਡਾਕਟਰ ਅੰਬੇਡਕਰ। ਹੁਣ ਇਸ ਤੋਂ ਪਹਿਲਾਂ ਦੇਖੋ, ਇਹ ਲੜਾਈ ਇਕੱਲੇ ਬਾਬਾ ਸਾਹਿਬ ਨਹੀਂ ਲੈ ਕੇ ਆਏ ਸੀ, ਇਹ ਲੜਾਈ ਪਹਿਲਾਂ ਤੋਂ ਚੱਲਦੀ ਆ ਰਹੀ। ਤੁਸੀਂ ਆਪਣੇ ਬਜ਼ੁਰਗਾਂ ਨੂੰ, ਬੀਬੀਆਂ ਨੂੰ ਪੁੱਛ ਕੇ ਦੇਖੋ ਜਾਂ ਆਪਣੇ ਵੱਡੇ ਬਜ਼ੁਰਗ ਨੂੰ ਪੁੱਛ ਕੇ ਦੇਖੋ ਵੀ ਜਦੋਂ ਤੁਸੀਂ ਬਾਹਰ ਜਾਂਦੇ ਸੀ ਨਾ, ਆਪਾਂ ਨੋਰਮਲੀ ਸਵੇਰ ਦਾ ਟਾਈਮ ਜੰਗਲ ਪਾਣੀ ਜਾਂਦੇ ਸੀ, ਤਾਂ 2-2:30 ਵਜੇ ਵਾਪਸ ਮੁੜ ਕੇ ਆਉਂਦੇ ਹੁੰਦੇ ਸੀ, ਤੇ ਘਰਦੇ ਪੁੱਛਦੇ ਸੀ ਵੀ ਤੂੰ ਕਿੱਥੇ ਗਿਆ ਸੀ,
ਉਹ ਕਹਿੰਦਾ ਸੀ ਮੈਨੂੰ ਫਲਾਣੇ ਨੇ ਕੰਮ 'ਤੇ ਲਾ ਲਿਆ ਸੀ, ਮੈਨੂੰ ਫਲਾਣੇ ਨੇ ਕੰਮ 'ਤੇ ਲਾ ਲਿਆ ਸੀ ਅਤੇ ਉਹ ਮੈਂ ਉੱਥੇ ਲੱਗਿਆ ਸੀ ਅਤੇ ਉਹਨੂੰ ਪੈਸਿਆਂ ਨਹੀਂ ਸੀ ਦਿੱਤਾ ਜਾਂਦਾ, ਉਹਨੂੰ ਰੋਟੀ ਦਿੱਤੀ ਜਾਂਦੀ ਸੀ ਜਾਂ ਕੁਛ ਹੋਰ ਦਿੱਤਾ ਜਾਂਦਾ ਪਰ ਪੈਸਾ ਨਹੀਂ ਸੀ ਦਿੱਤਾ ਜਾਂਦਾ। ਅੱਜ ਸਮਾਂ ਕਿੰਨਾ ਬਦਲ ਗਿਆ, ਤੁਹਾਡੇ ਕੋਲੋਂ ਕੋਈ 2 ਮਿੰਟ ਜਾਂ ਅੱਧਾ ਘੰਟਾ ਬਿਨਾਂ ਪੈਸੇ ਤੋਂ ਕੰਮ ਨਹੀਂ ਕਰਾ ਸਕਦਾ, ਇਹ ਬਾਬਾ ਸਾਹਿਬ ਦੀ ਗੱਲ। ਕਹਿਣ ਵਾਲੇ ਕਹਿੰਦੇ ਵੀ ਭਾਰਤੀ ਸਮਾਜ ਬਹੁਤ ਵੱਡਾ ਲੈ ਕੇ ਆਇਆ, ਮੈਂ ਇਹੀ ਕਹਿੰਦਾ ਵੀ ਜਿਸ ਸਮਾਜ ਦੇ ਵਿੱਚ ਬੰਦੇ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਦਾ ਅਧਿਕਾਰ ਨਹੀਂ ਸੀ, ਉਹਨੂੰ ਉਹ ਅਧਿਕਾਰ ਦੇਣਾ ਸੀ, ਛੋਟੀ ਛੋਟੀਆਂ ਗੱਲਾਂ ਲਿਖਣੀਆਂ ਸੀ ਤੇ ਭਾਰਤੀ ਸੰਵਿਧਾਨ ਵੱਡਾ ਹੋਣਾ ਹੀ ਸੀ। ਜਦੋਂ ਮਨੁਸਮ੍ਰਿਤੀ ਦੀ ਗੱਲ ਕਰਦੇ ਹਾਂ ਤਾਂ ਮਨੁਸਮ੍ਰਿਤੀ ਵਿੱਚ ਸਮਾਜ ਨੂੰ 4 ਭਾਗਾਂ ਵਿੱਚ ਵੰਡ ਦਿੱਤਾ ਗਿਆ ਸੀ, ਜਿਹਦੇ ਚ ਆਪਾਂ ਨੀਚ ਜਾਤ ਕਹਿੰਦੇ ਹਾਂ ਜਾਂ ਉੱਚੀ ਜਾਤ ਕਹਿੰਦੇ ਹਾਂ। ਬੰਦੇ ਦੇਖੋ ਸੇਮ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਆਪਾਂ ਬੈਠੇ ਹਾਂ, ਜਦੋਂ 1699 ਦੀ ਅਨੰਦਪੁਰ ਸਾਹਿਬ ਦੇ ਵਿੱਚ ਖਾਲਸਾ ਦਿਵਸ ਦੀ ਸਾਜਨਾ ਕੀਤੀ ਗਈ ਸੀ ਨਾ, ਕਿਸੇ ਨੇ ਸਟੱਡੀ ਨਹੀਂ ਕੀਤਾ, ਕਿਸੇ ਨੇ ਸਿਰ ਦੇਖੀ ਗੱਲ ਕਿ ਕਿਹਨਾਂ ਦੀ ਗੱਲ ਹੋਈ ਸੀ, ਉਦੋਂ ਵੀ ਇਹਨਾਂ ਲੋਕਾਂ ਦੀ ਹੀ ਗੱਲ ਹੋਈ ਸੀ ਜਿਹੜੇ ਸਮਾਜ 'ਚੋਂ ਲਾਭੇ ਕਰ ਦਿੱਤੇ ਗਏ ਸੀ, ਜਿਹਨਾਂ ਨੂੰ ਬੰਦੇ ਨਹੀਂ ਸੀ ਬਣਿਆ। ਤੁਸੀਂ ਦੇਖੋ 1699 ਵਿੱਚ ਗੁਰੂ ਸਾਹਿਬ ਨੇ ਕਹਿ ਦਿੱਤਾ ਸੀ ਔਰਤ ਨੂੰ ਕਿ ਤੁਸੀਂ ਵੀ ਬਰਾਬਰ ਆਓ, ਜਦੋਂ ਨੀਚ ਜਾਤ ਦੇ ਬੰਦੇ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਆਓ ਮੈਂ ਤੁਹਾਨੂੰ ਸਿੰਘ ਸ਼ੇਰ ਬਣਾਵਾਂ, ਤੇ ਉਹਨਾਂ ਨੇ ਇਹੀ ਕਿਹਾ ਹੋਊਗਾ ਵੀ ਨਹੀਂ ਮਹਾਰਾਜ ਅਸੀਂ ਤਾਂ ਸਿਰ ਚੱਕ ਕੇ ਚੱਲ ਨਹੀਂ ਸਕਦੇ, ਉਹ ਕਹਿੰਦੇ ਤੁਸੀਂ ਸਿਰ ਚੱਕ ਕੇ ਨਹੀਂ ਚੱਲ ਸਕਦੇ, ਮੈਂ ਤੁਹਾਨੂੰ ਘੋੜੇ 'ਤੇ ਬਿਠਾਊਂਗਾ। ਉਹ ਕਹਿੰਦੇ ਨਹੀਂ ਅਸੀਂ ਤਾਂ ਸਾਡੇ ਤੋਂ ਤਾਂ ਦੂਰੋਂ ਤੋਂ ਭਿੱਟ ਚੜ੍ਹਦੀ ਆ, ਸਾਡੇ ਪਛਾਵੇਂ ਦੇ ਨਾਲ ਤਾਂ ਅਪਰ ਕਾਸਟ ਕਹਿੰਦਾ ਮੈਂ ਭਿੱਟਿਆ ਚੱਲਦਾ। ਉਹ ਕਹਿੰਦੇ ਨਹੀਂ ਤੁਸੀਂ ਮੇਰੇ ਨਾਲ ਆਓ ਮੈਂ ਤੁਹਾਡੇ ਸਿਰ ਦੇ ਉੱਤੇ ਪੱਗ ਸਜਾਊਂਗਾ। ਕਹਿੰਦੇ ਜਦੋਂ ਖਾਲਸਾ ਪੰਥ ਦੀ ਸਾਜਨਾ ਹੋਈ ਸੀ ਨਾ, ਇੱਕ ਨੀਚ ਜਾਤ ਮੰਨੀ ਵਾਲੀ ਜਿਹੜੀ ਕੌਮ ਸੀ ਨਾ, ਜਦੋਂ ਉਹ ਵਾਪਸ ਆਏ ਸੀ ਨਾ ਸਿੰਘ ਸੱਜ ਕੇ, ਤੇ ਉਹਨਾਂ ਵਿੱਚ ਵੱਖਰਾ ਹੀ ਸਵੈਮਾਨ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਦੇ ਵਿੱਚ ਸੈਲਫ ਰਿਸਪੈਕਟ ਭਰੀ ਸੀ, ਉਹਨਾਂ ਨੇ ਇੱਕ ਉਹ ਸਮਾਜ ਤਿਆਰ ਕੀਤਾ ਸੀਗਾ ਜਿਹਦੇ ਵਿੱਚ ਕੋਈ ਜਾਤ ਨਹੀਂ, ਕੋਈ ਪਾਤ ਨਹੀਂ, ਕੋਈ ਛੋਟਾ ਨਹੀਂ, ਕੋਈ ਵੱਡਾ ਨਹੀਂ, ਮਰਦ ਤੇ ਔਰਤ ਦੋਨੋਂ ਬਰਾਬਰ। ਤੇ ਬਾਬਾ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪੂਰਾ ਅਧਿਐਨ ਕੀਤਾ ਸੀ, ਜਿਹੜੀਆਂ ਗੱਲਾਂ ਕਿਤੇ ਉਹ ਨਹੀਂ ਤੁਹਾਨੂੰ ਮਿਲਣਾ, ਪੂਰਾ ਅਧਿਐਨ ਕਰਨ ਦੇ ਬਾਅਦ ਵੀ ਇਹਨਾਂ ਨੇ ਕਿਹਾ ਸੀ ਵੀ ਇਹ ਸ੍ਰੇਸ਼ਟ ਗ੍ਰੰਥ ਹੈ, ਤੇ ਉਹਨਾਂ ਨੇ ਉਹਨਾਂ ਨੂੰ ਭਾਰਤੀ ਸੰਵਿਧਾਨ ਦੇ ਰੂਪ ਦੇ ਵਿੱਚ ਇੱਕ ਕਾਨੂੰਨੀ ਦਸਤਾਵੇਜ਼ ਦੇ ਤੌਰ ਤੇ ਸਾਨੂੰ ਸਮਰਪਿਤ ਕੀਤਾ। ਇਸੇ ਕਰਕੇ ਅਸੀਂ ਕਹਿੰਦੇ ਦੇਖੋ ਪੜ੍ਹਨਾ ਕਿਉਂ ਜ਼ਰੂਰੀ ਹੈ, ਪੜ੍ਹਨਾ ਇਹ ਨਹੀਂ ਕਿ ਤੁਸੀਂ ਸਕੂਲ ਕਾਲਜ ਯੂਨੀਵਰਸਿਟੀ ਜਾਂਦੇ ਆ ਤੇ ਡਿਗਰੀ ਲੈ ਲੈਂਦੇ ਆ ਤੇ ਬੜੀ ਤਕੜੀ ਜੋਬ ਤੇ ਲੱਗ ਜਾਂਦੇ ਆ ਜਾਂ ਆਪਣਾ ਕੰਮ ਵਧੀਆ ਕਰ ਲੈਂਦੇ ਆ, ਉਹਦੇ ਨਾਲ ਸਮਾਜ ਦਾ ਕੋਈ ਭਲਾ ਬਣਾ ਵਾਲਾ ਨਹੀਂ, ਉਹਦੇ ਨਾਲ ਇੱਕ ਬੰਦੇ ਦਾ ਭਲਾ ਹੋਊਗਾ, ਉਹਦਾ ਘਰ ਵਧੀਆ ਹੋ ਜਾਊਗਾ, ਕੋਠੀ ਹੋ ਜਾਊਗੀ, ਕਾਰ ਵੱਡੀ ਹੋ ਜਾਊਗੀ। ਜੇਕਰ ਸਮਾਜ ਨੂੰ ਨਾਲ ਲੈ ਕੇ ਚੱਲਣਾ ਤਾਂ ਉਹ ਸੋਸ਼ਲ ਐਜੂਕੇਸ਼ਨ ਲੈਣੀ ਬਹੁਤ ਜ਼ਰੂਰੀ। ਹਰ ਇੱਕ ਬੰਦਾ ਆਪਣੀ ਜਾਤ ਨੂੰ ਲੈ ਕੇ ਬੈਠਾ, ਉਹ ਕਹਿੰਦਾ ਮੈਂ ਛੋਟੀ ਜਾਤ ਦਾ ਤਾਂ ਮੇਰਾ ਇਹੀ ਘੇਰਾ ਹੈ, ਜਿਹੜਾ ਵੱਡੀ ਜਾਤ ਦਾ ਕਹਿੰਦਾ ਮੇਰਾ ਇਹੀ ਘੇਰਾ, ਮੇਰਾ ਉਹਦੇ ਨਾਲ ਕੋਈ ਲੈਣਾ ਦੇਣਾ। ਇਸ ਦੀਵਾਰ ਨੂੰ ਇਹ ਜਿਹੜੇ ਬਾਰਡਰ ਨੇ ਉਹਨੂੰ ਤੋੜ ਕੇ ਅਗਰ ਆਪਾਂ ਇਕੱਠੇ ਹੋਵਾਂਗੇ ਨਾ ਤਾਂ ਹੀ ਆਪਣਾ ਕੁਛ ਬਣ ਸਕਦਾ, ਕੋਈ ਭਲਾ ਹੋ ਸਕਦਾ। ਬਾਬਾ ਸਾਹਿਬ ਨੇ ਕਿਹਾ ਸੀਗਾ ਵੀ ਜਿਹੜੀ ਜਾਤ ਹੈ ਨਾ ਇਹ ਤੁਹਾਨੂੰ ਇੱਕ ਸਮਾਜਿਕ ਅਤੇ ਸ੍ਰੇਸ਼ਟ ਪ੍ਰਾਣੀ ਹੋਣ ਤੋਂ ਰੋਕਦੀ। ਇਸ ਕਰਕੇ ਬੱਚਿਆਂ ਦੇ ਅੱਗੇ ਭੈਣਾਂ ਦੇ ਅੱਗੇ ਇਹੀ ਮੇਰੀ ਬੇਨਤੀ ਆ ਵੀ ਤੁਸੀਂ ਵੱਧ ਤੋਂ ਵੱਧ ਬਾਬਾ ਸਾਹਿਬ ਬਾਰੇ ਸਟੱਡੀ ਕਰੋ। ਦੇਖੋ ਅੱਜ ਤਾਂ ਕਿਤਾਬਾਂ ਪੜ੍ਹਨ ਦੀ ਐਡੀ ਲੋੜ ਨਹੀਂ, ਅੱਜ ਤਾਂ ਜਾਈਏ ਸ਼ਹਿਰ ਨੂੰ ਅਸੀਂ ਕਿਤਾਬ ਲੈਣ ਅੱਗੇ ਹੋਣ ਵਾਲੇ ਸਮੇਂ ਤਾਂ ਹੈਗੀ ਹੋ,
ਤੁਸੀਂ ਸੋਸ਼ਲ ਮੀਡੀਆ 'ਤੇ ਆ, ਤੁਹਾਡੇ ਕੋਲ ਫੋਨ ਆ, ਵਟਸਐਪ ਆ, ਤੁਸੀਂ ਉਹਦੇ ਤੋਂ ਹੀ ਕੋਈ ਵੀ ਕਿਤਾਬ ਕੱਢ ਕੇ ਪੜ੍ਹ ਸਕਦੇ ਹੋ। ਤਾਂ ਹੀ ਦਿਸ਼ਾ ਤੈਅ ਹੋਊਗੀ ਵੀ ਆਉਣ ਵਾਲੇ ਸਮੇਂ 'ਚ ਅਸੀਂ ਕੀ ਕਰਨਾ। ਦੇਖੋ ਮਾੜੀ ਹਾਲਤ ਦਾ ਅੱਜ ਦੇ ਸਮੇਂ ਦੇ ਵਿੱਚ ਸਾਡੇ ਕੋਲ ਐਜੂਕੇਸ਼ਨ ਨਹੀਂ ਹੈ, ਸਾਡੇ ਕੋਲ ਜੋਬ ਹੈ ਨਹੀਂ। ਸਾਡਾ ਮੁੰਡਾ ਜਿਹੜਾ ਬੀ ਟੈਕ ਐਮ ਟੈਕ ਕਰਕੇ ਸੋਨਾਲੀਕਾ ਦੇ ਵਿੱਚ 7,000-8,000 ਤੇ ਲਗਾਇਆ, ਉਹਨੇ ਕਦੀ ਕੀਤਾ ਹੀ ਨਹੀਂ, ਵਿਰੋਧ ਹੀ ਨਹੀਂ ਕੀਤਾ ਕਿ ਮੈਂ ਇੰਨੀ ਐਜੂਕੇਸ਼ਨ ਲੈ ਕੇ ਮੈਂ 7-8,000 ਰੁਪਏ ਦੇ ਜੋਬ 'ਤੇ ਲਗਾ। ਮਤਲਬ ਉਹਨਾਂ ਨੂੰ ਇੱਕ ਨਜ਼ਰੀਆ ਸੈੱਟ ਕਰ ਦਿੱਤਾ ਵੀ ਤੁਹਾਨੂੰ ਮਸੀਹ ਮਿਲ ਗਿਆ, ਤੁਸੀਂ ਇੱਥੇ ਰਹੋ। ਆਪਾਂ ਕਦੋਂ ਨੂੰ ਕਹਿਣਾ ਸ਼ੁਰੂ ਕਰਾਂਗੇ ਵੀ ਸਾਡੇ ਲਈ ਜੋਬ ਨਹੀਂ ਹੈਗੀ, ਜਿਹੜਾ ਪੜ੍ਹਿਆ ਉਹਨੂੰ ਵੱਧ ਪੈਸਿਆਂ ਦੀ ਜੋਬ ਹੋਣੀ ਚਾਹੀਦੀ, ਉਹਦੀ ਵੱਧ ਰਿਸਪੈਕਟ ਹੋਣੀ ਚਾਹੀਦੀ। ਇਹ ਪਤਾ ਕਿੱਥੋਂ ਲੱਗੂਗਾ? ਇਹ ਪਤਾ ਲੱਗੂਗਾ ਜਦੋਂ ਤੁਸੀਂ ਇੱਕ ਦੂਸਰੇ ਦੇ ਨਾਲ ਮਿਲ ਕਰ ਕੇ ਬੈਠੋਗੇ। ਆਪਾਂ ਕੀ ਕਰਦੇ ਹਾਂ, ਹਰ ਵਾਰ ਅਸੀਂ ਸੋਚਦੇ ਹਾਂ ਵੀ ਆਹ ਬੰਦਾ ਵਧੀਆ ਆ ਗਿਆ, ਇਹ ਸਰਕਾਰ 'ਚ ਜਦੋਂ ਆਊਗਾ ਸਾਡੀ ਸਥਿਤੀ ਵਿੱਚ ਪਰਿਵਰਤਨ ਆਉਣਾ, ਸਾਡੀ ਸਥਿਤੀ ਚੰਗੀ ਹੋ ਜਾਣੀ। ਉਹਦੀਆਂ ਗੱਲਾਂ ਹੁੰਦੀਆਂ, ਗੱਲਾਂ ਵਿੱਚ ਆ ਕੇ ਅਸੀਂ ਉਹਦੇ ਪਿੱਛੇ ਲੱਗ ਜਾਂਦੇ ਹਾਂ। ਪਰ ਇੱਕ ਗੱਲ ਹਮੇਸ਼ਾ ਯਾਦ ਰੱਖਿਓ, ਜਿਹੜੀ ਸੱਤਾ ਜਾਂ ਸਰਕਾਰ ਆ ਉੱਥੇ ਬੰਦੇ ਨਹੀਂ ਰਾਜ ਕਰਦੇ, ਉੱਥੇ ਵਿਚਾਰਧਾਰਾ ਰਾਜ ਕਰਦੇ, ਉਹਨਾਂ ਦਾ ਬ੍ਰੇਨ ਕੰਮ ਕਰਦਾ ਹੈ। ਜਦੋਂ ਤੱਕ ਤੁਹਾਡੀ ਵਿਚਾਰਧਾਰਾ ਖੁਦ ਦੀ ਵਿਚਾਰਧਾਰਾ ਬਣਾ ਕੇ ਤੁਸੀਂ ਸੱਤਾ 'ਚ ਨਹੀਂ ਜਾਂਦੇ, ਉਨੀ ਦੇਰ ਤੱਕ ਸਥਿਤੀ ਬਦਲਣ ਵਾਲੀ ਨਹੀਂ। ਇਸੇ ਕਰਕੇ ਮੇਰੀ ਬੇਨਤੀ ਹੈ ਤੁਹਾਨੂੰ, ਤੁਸੀਂ ਪੜ੍ਹਨਾ ਬੀਬੀਆਂ ਐਕਚੁਲੀ ਪਤਾ ਕੀ ਆ, ਬੀਬੀਆਂ ਦੇ ਕੋਲ ਸਮਾਂ ਨਹੀਂ। ਬਹੁਤ ਸਾਰੀਆਂ ਮੇਰੀਆਂ ਬੀਬੀਆਂ ਭੈਣਾਂ ਜਿਹੜੀਆਂ ਪੜ੍ਹਦੇ ਸੀਗੀਆਂ, ਇਹ ਉਹਨਾਂ ਦਾ ਕਸੂਰ ਨਹੀਂ ਹੈ, ਕਿਉਂਕਿ ਸਿਸਟਮ ਉਹਨਾਂ ਨੂੰ ਇੱਦਾਂ ਦਾ ਨਹੀਂ ਮਿਲਿਆ ਜਿਹਦੇ ਨਾਲ ਉਹ ਪੜ੍ਹ ਸਕਦੇ। ਜਿਹੜੀਆਂ ਪੜ੍ਹ ਗਈਆਂ ਬੀਬੀਆਂ, ਉਹਨਾਂ ਅੱਗੇ ਮੇਰੀ ਬੇਨਤੀ ਆ ਵੀ ਜ਼ਰੂਰ ਬਾਬਾ ਸਾਹਿਬ ਨੂੰ ਸਟਾਰਟਿੰਗ ਦੇ ਵਿੱਚ ਆਪਾਂ ਜਦੋਂ ਗੱਲ ਕਰਦੇ ਹਾਂ, ਆਪਾਂ ਨੂੰ ਪਤਾ ਤਾਂ ਲੱਗੇ ਅਸੀਂ ਲੈ ਕੌਣ ਹੈ ਅਤੇ ਕਿੱਥੋਂ ਨਿਕਲ ਕੇ ਆਏ। 10 ਮਿੰਟ ਦੇ ਵਿੱਚ, 15 ਮਿੰਟ ਵਿੱਚ ਮੈਂ ਤੁਹਾਨੂੰ ਉਹ ਗੱਲ ਨਹੀਂ ਸਮਝਾ ਸਕਦਾ। ਜਦੋਂ ਤੁਸੀਂ ਸੈਲਫ ਸਟੱਡੀ ਕਰੋਗੇ, ਖੁਦ ਪਤਾ ਕਰੋਗੇ ਵੀ ਹਾਂ ਸਾਡੀ ਹਾਲਤ ਕੀ ਸੀ ਅਤੇ ਸਾਡੀ ਹਾਲਤ ਸੁਧਾਰੀ ਕਿਵੇਂ ਆ, ਫਿਰ ਤੁਸੀਂ ਮਹਾਤਮਾ ਗਾਂਧੀ ਨੂੰ ਮਹਾਤਮਾ ਨਹੀਂ ਕਹਿਣਾ। ਫਿਰ ਤੁਹਾਨੂੰ ਉਦੋਂ ਪਤਾ ਲੱਗਣਾ, ਕਿਤਾਬ ਦੇ ਵਿੱਚ ਲਿਖਿਆ ਆ ਵੀ ਜਦੋਂ ਔਰਤ ਨੂੰ ਹੱਕ ਦੇਣ ਲੱਗੇ ਸੀ ਅਤੇ ਉਦੋਂ ਇਹੀ ਬੰਦਾ ਸਭ ਤੋਂ ਮੋਹਰੇ ਖੜਾ ਸੀ ਵੀ ਨਹੀਂ, ਇਹ ਸਾਡੇ ਧਰਮ ਦਾ ਮਸਲਾ, ਤੁਸੀਂ ਦਖਲਅੰਦਾਜ਼ੀ ਵਿੱਚ ਨਾ ਕਰੋ। ਫਿਰ ਤੁਹਾਨੂੰ ਕਲੀਅਰ ਹੋਣਾ ਸ਼ੁਰੂ ਹੋਣਾ ਵੀ ਜਿਹਨਾਂ ਨੂੰ ਅਸੀਂ ਮੰਨਦੇ ਰਹੇ ਅੱਜ ਕਿ ਉਹ ਸਾਡੇ ਸ੍ਰੇਸ਼ਟ ਬੰਦੇ ਆ, ਉਹ ਤਾਂ ਸਾਡੇ ਵਿਰੋਧ 'ਚ ਖੜੇ। ਬੜੇ ਗਰਵ ਦੇ ਨਾਲ ਨਾਂ ਲਿਆ ਜਾਂਦਾ ਪਹਿਲੇ ਰਾਸ਼ਟਰਪਤੀ ਡਾਕਟਰ ਰਜਿੰਦਰ ਪ੍ਰਸ਼ਾਦ, ਜਿਹੜੇ ਕਿਹਾ ਸੀ ਹਿੰਦੂ ਕੋਡ ਬਿੱਲ ਮੈਂ ਪਾਸ ਨਹੀਂ ਹੋਣ ਦੇਣਾ ਜਿੰਨਾ ਚਿਰ ਮੈਂ ਰਾਸ਼ਟਰਪਤੀ। ਮਤਲਬ ਸਿੱਧਾ ਸਿੱਧਾ ਹੈ, ਔਰਤ ਦੀ ਸਥਿਤੀ 'ਚ ਮੈਂ ਸੁਧਾਰ ਨਹੀਂ ਹੋਣ ਦੇਣਾ। ਉਹ ਕਹਿੰਦੇ ਅੰਬੇਡਕਰ, ਜੇ ਤੂੰ ਕਿਸੇ ਵੀ ਇਹ ਬਿੱਲ ਪਾਸ ਨਹੀਂ ਕਰਾ ਲਿਆ ਤਾਂ ਮੈਂ ਔਰਤ ਨੂੰ ਚੰਗਾ ਜੀਵਨ ਦੇਣਾ ਚਾਹੁੰਦਾ, ਮੈਂ ਰਾਸ਼ਟਰਪਤੀ ਦੇ ਤੌਰ 'ਤੇ ਇਹਨੂੰ ਅਪਰੂਵ ਨਹੀਂ ਕਰਦੇ। ਹੁਣ ਉਹਨਾਂ ਦਾ ਹੀ ਨਾਂ ਕਿਤਾਬਾਂ ਦੇ ਵਿੱਚ, ਉਹਨਾਂ ਨੂੰ ਹੀ ਮਹਾਤਮਾ ਕਹਿ ਕੇ ਲਿਖਿਆ ਜਾਂਦਾ, ਸਾਨੂੰ ਸੁਣਾਇਆ ਜਾਂਦਾ, ਅਸੀਂ ਪੜ੍ਹਦੇ, ਜਦਕਿ ਉਹ ਤਾਂ ਨਹੀਂ ਸੁਧਾਰ ਵਾਲੇ ਪੱਖ 'ਚ ਨਹੀਂ ਸੀ। ਦੋ ਹੀ ਗੱਲਾਂ ਕਰਨੀਆਂ ਬਹੁਤ ਜ਼ਰੂਰੀ ਹੈ ਬੀਬੀਆਂ ਦੇ ਲਈ। ਇੱਕ ਨਾਮ ਚੇਤੇ ਰੱਖਿਓ, ਉਹਦਾ ਨਾਂ ਹੈਗਾ ਸਵਿਤਰੀ ਬਾਈ ਫੂਲੇ। ਜਿਹਨਾਂ ਬੀਬੀਆਂ ਨੂੰ ਪਤਾ, ਮੇਰੀਆਂ ਭੈਣਾਂ ਨੂੰ, ਬੱਚਿਆਂ ਨੂੰ, ਉਹਨਾਂ ਨੂੰ ਤਾਂ ਸ਼ਾਬਾਸ਼, ਜਿਹਨਾਂ ਨੂੰ ਨਹੀਂ ਪਤਾ ਉਹ ਜ਼ਰੂਰ ਜਾਣਨ। ਸਵਿਤਰੀ ਬਾਈ ਫੂਲੇ ਉਹ ਔਰਤ ਹੋਈ ਸੀ ਜਿਹੜੀ ਸਾਡੇ ਸਮਾਜ 'ਚੋਂ ਹੋਈ ਸੀ, ਅੱਜ ਤੋਂ 200 ਸਾਲ 250 ਸਾਲ ਪਹਿਲਾਂ। ਉਹਨੇ ਬੱਚਿਆਂ ਨੂੰ ਪੜ੍ਹਾਉਣ ਦਾ ਉਪਰਾਲਾ ਕੀਤਾ ਸੀ ਅਤੇ ਉਹਨੇ ਸਕੂਲ ਖੋਲ੍ਹੇ ਸੀ ਆਪਣੇ ਘਰ ਵਾਲੇ ਜੋਤੀਰਾਓ ਫੂਲੇ ਦੇ ਨਾਲ ਰਲ ਕੇ। ਤੁਸੀਂ ਦੇਖੋ ਤੁਹਾਡੇ ਲਈ ਕੌਣ ਅੱਗੇ ਆਇਆ, ਜੋਤੀਰਾਓ ਫੂਲੇ, ਸਵਿਤਰੀ ਬਾਈ ਫੂਲੇ, ਜਿਹਦਾ ਨਾਮ ਤੁਸੀਂ ਨਹੀਂ ਜਾਣਦੇ।
ਕਿ ਸਰਕਾਰੀ ਤੌਰ ਤੇ ਸਰਕਾਰੀ ਦਸਤਾਵੇਜ਼ਾਂ ਦੇ ਵਿੱਚ ਜੇਕਰ ਭਾਰਤ ਦੀ ਪਹਿਲੀ ਅਧਿਆਪਕ ਕੋਈ ਹੈਗੀ ਆ ਤੇ ਉਹ ਸਵਿੰਦਰੀ ਬਾਈ ਫੂਲੇ। ਜਦੋਂ ਤੁਸੀਂ ਉੱਪਰ ਉੱਪਰਲੀਆਂ ਜੌਬਾਂ ਦੇ ਵਿੱਚ ਅਪਲਾਈ ਕਰੋਗੇ ਨਾ ਤੇ ਉੱਥੇ ਸਵਾਲ ਆਊਗਾ ਕਿ ਭਾਰਤ ਦੀ ਪਹਿਲੀ ਔਰਤ ਕੌਣ ਸੀ ਤੇ ਤੁਸੀਂ ਉੱਥੇ ਸਵਿੰਦਰੀ ਬਾਈ ਫੂਲੇ ਦਾ ਨਾਂ ਲਿਖਣਾ। ਉੱਥੇ ਮੈਂ ਤੁਹਾਨੂੰ ਦੱਸਦਾ ਮੈਡਮ ਇਹ ਤੁਸੀਂ ਪੜ੍ਹਿਆ ਨਹੀਂ ਹੋਣਾ ਕਿਸੇ ਹੋਣੀ। ਅਸਲ ਸੱਚ ਜਿਹੜਾ ਉਹ ਇਹ ਹੈ ਉਹ ਸੀਗੀ ਜਿਹੜੀ ਆਪਣੇ ਸਮਾਜ ਜਾਣੀ ਸੀ ਵੀ ਚਲੋ ਮੈਂ ਕੁੜੀਆਂ ਨੂੰ ਪੜ੍ਹਾਉਣਾ ਆ ਤੇ ਸਾਡੀਆਂ ਬੇਟੀਆਂ ਜਿਹਨਾਂ ਨੂੰ ਨਹੀਂ ਪਤਾ ਸੀ ਉਹਦੇ ਪੱਥਰ ਵੀ ਮਾਰਦੀਆਂ ਸੀ ਉਹਦੇ ਤੇ ਗੋਬਰ ਵੀ ਸੁੱਟਦੀਆਂ ਸੀ ਵੀ ਤੂੰ ਧਰਮ ਦੇ ਖਿਲਾਫ਼ ਚੱਲਣ ਡਈ ਆ ਤੇ ਸਾਡਾ ਸਾਨੂੰ ਪਾਪ ਦੇ ਭਾਗੀ ਬਣਾਉਣਗੇ। ਇਸ ਕਰਕੇ ਇਹਨਾਂ ਨਾਮਾਂ ਨੂੰ ਜ਼ਰੂਰ ਯਾਦ ਰੱਖੋ। ਮੇਰੀ ਬੇਨਤੀ ਹੈ ਹੱਥ ਜੋੜ ਕੇ ਸਾਰੇ ਮੇਰੇ ਦੋਸਤਾਂ ਦੇ ਅੱਗੇ ਵੀ ਜਦੋਂ ਅੱਗੇ ਬਾਬਾ ਸਾਹਿਬ ਦਾ ਜਨਮ ਦਿਨ ਮਨਾਈਏ ਆਪਾਂ ਤੇ ਉਹਨਾਂ ਦੀ ਫੋਟੋ ਜੋਤੀ ਰਾਮ ਫੂਲੋ ਜੀ ਦੀ ਫੋਟੋ ਤੇ ਸਵਿੱਤਰੀ ਬਾਈ ਫੂਲੇ ਦੀ ਫੋਟੋ ਜ਼ਰੂਰ ਲਗਾਇਓ ਕਿਉਂਕਿ ਦੇਖ ਕੇ ਸਾਨੂੰ ਜ਼ਿਆਦਾ ਸਮੇਂ ਲਈ ਚੇਤਾ ਰਹਿੰਦਾ। ਤੁਸੀਂ ਸੋਸ਼ਲ ਮੀਡੀਆ 'ਤੇ ਥੋੜ੍ਹਾ ਚਿਰ ਪਹਿਲਾਂ ਜੋਤੀ ਰਾਮ ਫੂਲੇ ਦਾ ਜਨਮ ਦਿਨ ਮਨਾ ਕੇ ਅਤੇ 11 ਤਰੀਕ ਨੂੰ ਆਪਾਂ ਉਹ ਫੋਟੋ ਘੁੰਮਦੀ ਆ ਬਹੁਤ ਸਾਰੀਆਂ ਬੰਦਿਆਂ ਦੇ ਵਟਸਐਪ 'ਤੇ ਆਈ ਆ ਉਹਨਾਂ ਨੂੰ ਨਹੀਂ ਪਤਾ ਕੌਣ ਹੈ ਉਹਨਾਂ ਨੂੰ ਇਹ ਨਹੀਂ ਪਤਾ ਜੋਤੀ ਰਾਮ ਫੂਲੇ ਜੋਤੀ ਰਾਮ ਫੂਲੇ ਅਸਲ ਮਹਾਤਮਾ ਆ। ਜੇਕਰ ਤੁਸੀਂ RTI ਪਾਓਗੇ ਤਾਂ ਇੱਕੇ ਬੰਦੇ ਦਾ ਨਾਮ ਨਿਕਲ ਕੇ ਆਉਣਾ ਵੀ ਭਾਰਤ ਦਾ ਰਾਸ਼ਟਰ ਪਿਤਾ ਮਹਾਤਮਾ ਜੋਤੀ ਰਾਓ ਫੂਲੇ। ਜਦੋਂ ਸਰਕਾਰੀ ਤੌਰ ਤੇ ਉਪਾਧੀ ਮਿਲੀ ਸੀ 11 ਮਈ 1888 ਈਸਵੀ ਤੇ ਜਿਹਨਾਂ ਨੂੰ ਆਪਾਂ ਮਹਾਤਮਾ ਕਹਿੰਦੇ ਹਾਂ ਉਹਨਾਂ ਦਾ ਅੱਜ ਤੱਕ RTI ਵਿੱਚ ਕਿਤੇ ਵੀ ਜ਼ਿਕਰ ਨਹੀਂ ਹੋਇਆ ਵੀ ਕਦੋਂ ਮਿਲੀ ਸੀ। ਇਸ ਕਰਕੇ ਨਾ ਗੱਲਾਂ ਨੂੰ ਜਾਣਨਾ ਪੜ੍ਹਨਾ ਤੇ ਇੱਕ ਦੂਸਰੇ ਨਾਲ ਵਿਚਾਰ ਕਰਨਾ ਬਹੁਤ ਜ਼ਰੂਰੀ ਆ। ਇਹ ਦੋ ਨਾਮ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਵੱਡਾ ਥਾਂ ਰੱਖਦੇ ਆ ਖਾਸ ਕਰਕੇ ਔਰਤ ਦੀ ਜ਼ਿੰਦਗੀ। ਜੇਕਰ ਕਿਸੇ ਕੁੜੀ ਨੂੰ ਬੱਚੀ ਨੂੰ ਪੁੱਛਿਆ ਜਾਵੇ ਕਿ ਤੂੰ ਕਿੰਨਾ ਪੜ੍ਹੀ ਆ ਤੇ ਉਹ ਇਹ ਜ਼ਰੂਰ ਦੱਸੇ ਕਿ ਮੈਂ ਸਵਿੰਦਰੀ ਬਾਈ ਫੂਲੇ ਦੀ ਬਦੌਲਤ MA ਕੀਤੀ ਆ MCOM ਕੀਤੀ ਆ ਜਾਂ MA ਕਰੋਗੇ ਕੁਛ ਵੀ ਕੀਤਾ ਉਹਦਾ ਨਾਮ ਜ਼ਰੂਰ ਲੈ। ਆਉਣ ਵਾਲੇ ਸਮੇਂ ਦੇ ਵਿੱਚ ਉਹੀ ਬੰਦੇ ਖੜੇ ਰਹਿਣੇ ਆ ਜਿਹੜੇ ਵਿਚਾਰਧਾਰਕ ਤੌਰ 'ਤੇ ਲੈ ਸਕਦੇ। ਜਿਹਨਾਂ ਨੂੰ ਨਹੀਂ ਪਤਾ ਉਹਨਾਂ ਨੇ ਪਤਾ ਨਹੀਂ ਕਿਹੜੇ ਪਾਸੇ ਕਦੋਂ ਭੁਗਤਦੇ। ਇਸ ਕਰਕੇ ਤੁਹਾਡਾ ਸਾਰੇ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ। ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੈਠੇ ਆਪਾਂ ਇੱਕ ਤਹੀਆ ਕਰਕੇ ਜਾਈਏ ਕਿ ਬਾਬਾ ਸਾਹਿਬ ਨੂੰ ਅੱਜ ਤੋਂ ਪੜ੍ਹਨਾ ਸ਼ੁਰੂ ਕਰੀਏ। ਕੋਈ ਔਖਾ ਨਹੀਂ ਕੋਈ ਔਖਾ ਨਹੀਂ ਪੜ੍ਹਨਾ। ਇੱਕ ਨੇ ਪੜ੍ਹਨਾ ਆ 10 ਨੂੰ ਉਹਨੇ ਬੋਲ ਕੇ ਦੱਸ ਦੇਣਾ ਜਿਹਨੇ ਸੁਣਨਾ ਆ ਉਹਨੂੰ ਵੱਧ ਬਦਲ। ਇਸ ਕਰਕੇ ਮੇਰੀ ਬੇਨਤੀ ਆ ਪ੍ਰਧਾਨ ਜੀ ਦੇ ਅੱਗੇ ਕਿ ਬੱਚਿਆਂ ਨੂੰ ਜ਼ਰੂਰ ਇੱਥੇ ਕੋਸ਼ਿਸ਼ ਕੀਤੀ ਜਾਵੇ ਵੀ ਇਹਨਾਂ ਦਾ ਆਪਣਾ ਪਿੰਡ ਆ ਇੱਥੇ ਛੋਟੀ ਲਾਇਬ੍ਰੇਰੀ ਜ਼ਰੂਰ ਸ਼ੁਰੂ ਕੀਤੀ ਜਾਵੇ ਤਾਂ ਕਿ ਬੱਚਿਆਂ ਨੂੰ ਪੜ੍ਹਨ ਦਾ ਸ਼ੌਕ ਪੈਦਾ ਹੋਵੇ। ਹੋਰ ਕਿਸੇ ਚੀਜ਼ ਨਾਲ ਕੁਛ ਨਹੀਂ ਹੋਣਾ। ਮਾਫ਼ ਕਰੋ ਜੇ ਤੁਸੀਂ ਸੋਚਦੇ ਹੋ ਕਿ ਹੋਰ ਚੀਜ਼ ਤੁਹਾਡੀ ਜ਼ਿੰਦਗੀ 'ਚ ਪਰਿਵਰਤਨ ਲਿਆ ਦੇਊਗੀ। ਨਹੀਂ ਹੋਣੀ 10 ਸਾਲ ਬਾਅਦ ਵੀ ਮੈਂ ਆ ਕੇ ਇਹ ਕਹੂੰਗਾ ਤੁਹਾਨੂੰ ਕਿ ਪੜ੍ਹਨਾ ਸ਼ੁਰੂ ਕਰਦੇ ਤਾਂ ਤੁਹਾਨੂੰ ਸਥਿਤੀ ਦਾ ਪਤਾ ਲੱਗ ਜਾਂਦਾ। ਜਿਹੜਾ ਪੜ੍ਹਿਆ ਨਹੀਂ ਉਹਨੂੰ ਆਪਣੇ ਹੱਕ ਦਾ ਨਹੀਂ ਪਤਾ ਹੁੰਦਾ ਧੱਕਾ ਵੀ ਉਹਦੇ ਨਾਲ ਹੀ ਹੁੰਦਾ। ਇਸ ਕਰਕੇ ਮੇਰੀ ਬੇਨਤੀ ਆ ਸਾਰੇ ਸੱਜਣਾਂ ਦੇ ਅੱਗੇ ਇਹਨੂੰ ਪੜ੍ਹਨਾ ਸ਼ੁਰੂ ਕਰੋ। ਛੋਟੀ ਲਾਇਬ੍ਰੇਰੀ ਬਣਾਓ ਫਿਰ ਤੁਸੀਂ ਆਪਣੇ ਆਪ ਦੇਖੋਗੇ ਕਿ ਬੱਚਿਆਂ ਦੇ ਵਿੱਚ ਕਿੰਨਾ ਸੁਧਾਰ ਆ ਰਿਹਾ। ਜੈ ਭੀ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਸਾਡੇ ਭਾਈ
ਹਰਸ਼ਦੀਪ ਜੀ ਜਿਨ੍ਹਾਂ ਨੇ ਬਾਬਾ ਸਾਹਿਬ ਦੇ ਜਨਮ ਦੇ ਵਿੱਚ ਬਹੁਤ ਵੱਡੀਆਂ ਗੱਲਾਂ ਸਾਨੂੰ ਦੱਸੀਆਂ। ਸੋ ਆਪਾਂ ਸਾਰੇ ਅੱਜ ਕੁਛ ਇੱਥੋਂ ਸਿੱਖਿਆ ਲੈ ਕੇ ਜਾਂਦੇ ਹਾਂ। ਸੋ ਸਾਡੇ ਸਮਾਜ ਦੇ ਵਿੱਚ ਨਗਰ ਦੇ ਵਿੱਚ ਵੀ ਸਾਡੇ ਰਾਤੀ ਧਰਮੀ ਔਰ ਕੋਸ਼ਲ ਧਰਮੀ ਜਿਹੜੇ ਕਿ ਬਹੁਤ ਹੀ ਸਮਾਜ ਦੀ ਸੇਵਾ ਕਰਦੇ ਆ। ਸੋ ਜੋ ਵੀ ਸਾਡੇ ਸਾਰੇ ਨੌਜਵਾਨ ਜਿਹੜੇ ਆ ਇੱਥੇ ਸਮਾਜ ਦੀ ਸੇਵਾ ਕਰਦੇ ਆ, ਸੋ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਕਿ ਉਹ ਭਾਜੀ ਉਹਨਾਂ ਨੂੰ ਅੱਜ ਇੱਥੇ ਲੈ ਕੇ ਆਏ ਆ। ਸੋ ਸਾਰੀ ਸੰਤਾਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਸਰ ਇਹਨਾਂ ਆਸ਼ਰਮ ਭਾਜੀ ਨੂੰ ਬਹੁਤ ਬਹੁਤ ਧੰਨਵਾਦ ਆ। ਸੋ ਆਏ ਆਪਾਂ ਜੀ ਦਾ ਮਾਣ ਸਨਮਾਨ ਕੀਤਾ ਜਾਣਾ ਹੈ। ਸੋ ਉਸ ਤੋਂ ਉਪਰੰਤ ਲੰਗਰ ਲਗਾਏ ਜਾਣੇ ਆ। ਸੋ ਮੈਂ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰੂੰਗਾ ਕਿ ਉਹ ਭਾਜੀ ਜੀ ਦਾ ਮਾਣ ਸਨਮਾਨ ਕਰਨ। ਸਾਡੇ ਭਾਈ ਆਸ਼ੂ ਜੀ ਨੂੰ ਬੇਨਤੀ ਹੈ ਕਿ ਆਪਣਾ ਮਾਣ ਸਨਮਾਨ ਜੋ ਪ੍ਰਾਪਤ ਕਰਨ। ਸੋ ਅਸੀਂ ਉਹਨਾਂ ਦਾ ਫਿਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਸੋਨੇ ਦੇ ਨਾਲ ਆਏ ਸਾਡੇ ਵੀਰ ਉਹ ਵੀ ਆਪਣਾ ਮਾਣ ਸਨਮਾਨ ਪ੍ਰਾਪਤ ਕਰਨ ਔਰ ਸਾਡੇ ਪਾਠੀ ਸਾਹਿਬ ਰਣਜੀਤ ਪਾਲ ਜੀ ਉਹ ਜਿੱਥੇ ਮੇਰੀ ਗੱਲ ਨਹੀਂ ਸੁਣਦੇ ਉਹ ਵੀ ਆਪਣਾ ਮਾਣ ਸਨਮਾਨ ਪ੍ਰਾਪਤ ਕਰਨ। ਸੋ ਬਾਕੀ ਸਾਰੀ ਸੰਗਤ ਮੰਜ ਬਾਬਾ ਸਾਹਿਬ ਦੇ ਜਾਮੇ ਦੀਆਂ ਬਹੁਤ ਬਹੁਤ ਮੁਬਾਰਕ ਆ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਬੀਬੀਆਂ ਦਾ ਵੀ ਜਿਨ੍ਹਾਂ ਨੇ ਅੱਜ ਕਮੇਟੀ ਦਾ ਬਹੁਤ ਸਾਥ ਦਿੱਤਾ। ਸੋ ਸਵੇਰ ਦੀ ਸੇਵਾ ਕਰਦੀਆਂ ਸਾਰੀਆਂ ਬੀਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਧੰਨਵਾਦ ਸਾਰੀਆਂ ਬੀਬੀਆਂ ਚਾਹੀਦੀਆਂ ਗੱਲਾਂ ਰੱਖਣੀਆਂ ਨੇ ਬਿਲ ਕਲਿਆਣ ਕਰਦੇ। ਸੋ ਆਓ ਸਾਡੇ ਬਾਬਾ ਜੀ ਪਾਲੀਆਂ ਦਾ ਵੀ ਮਾਣ ਸਨਮਾਨ। ਸੋ ਸਾਰੀ ਸੰਗਤ ਬਹੁਤ ਬਹੁਤ ਧੰਨਵਾਦ ਆਓ ਹੁਣ ਆਪਾਂ ਸਾਰੀਆਂ ਸੰਗਤਾਂ ਨੇ ਲੰਗਰ ਛੱਡ ਕੇ ਜਾਣਾ ਹੈ। ਸੋ ਦੇਵ ਤੇ ਪਾਈ ਜਾਣੀ ਉੱਥੇ ਉਪਰੰਤ ਲੰਗਰ। ਸੋ ਮੈਂ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰੂੰਗਾ ਕਿ ਜੋ ਲੰਗਰ ਆ ਉਹ ਸ਼ੁਰੂ ਕੀਤਾ ਜਾਵੇ। ਸਾਰੀ ਸੰਗਤ ਨੂੰ ਬੇਨਤੀ ਨੂੰ ਬਾਹਰ ਮਾਨਤਾ ਲੱਗੀਆਂ ਹੋਈਆਂ ਸੋ ਉੱਥੇ ਬੈਠਣ ਦੀ ਕਿਰਪਾਲ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਰਾਜੀ ਭਾਜੀ ਉਹਨਾਂ ਦੇ ਮਾਣ ਸਨਮਾਨ ਵੇਲੇ ਕੀਤਾ ਜਾਣਾ ਹੈ। ਉਹ ਵੀ ਆਪਣਾ ਮਾਣ ਸਨਮਾਨ ਪ੍ਰਾਪਤ ਕਰਨ ਜੋ ਕਿ ਸ਼ਾਮ ਦਾ ਜੀ ਹਲਕੇ ਦੇ ਪ੍ਰਧਾਨ ਜੀ ਨੇ। ਸੋ ਸਾਡੇ ਰਾਜੀ ਭਾਜੀ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਆ। ਸੋ ਆਪਣਾ ਕਮੇਟੀ ਸਵਾਲ ਕੱਢ ਕੇ ਅੱਜ ਇੱਥੇ ਸਾਡੇ ਇਸ ਪ੍ਰੋਗਰਾਮ ਵਿੱਚ ਪਹੁੰਚਿਆ। ਸੋ ਸਾਰੀ ਸੰਗਤ ਨੇ ਬਹੁਤ ਬਹੁਤ ਧੰਨਵਾਦ ਸਾਰੇ ਨੌਜਵਾਨ ਬੀਬੀਆਂ ਦਾ ਬਹੁਤ ਬਹੁਤ ਧੰਨਵਾਦ। ਹੁਣ ਇਤਰਾਮ ਪ੍ਰਸਾਦ ਦੀਆਂ ਸੇਵਾ ਕੀਤੀਆਂ ਜਾਣੀਆਂ ਉੱਥੇ ਉਪਰੰਤ ਲੰਗਰ ਦੇ ਵਿੱਚ ਜਹਾਰਾ ਬਾਰ ਪੰਕਤਾਂ ਲੱਗੀਆਂ। ਸਾਰੀਆਂ ਸੰਗਤ ਨੂੰ ਬੇਨਤੀ ਹੈ ਕਿ ਪੰਕਤਾਂ ਨੂੰ ਬੈਠਣ ਦੀ ਕਿਰਪਾਲਤਾ ਕਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਾਡੇ ਵੀਰ ਉਹ ਵੀ ਆਪਣਾ ਮਾਣ ਸਨਮਾਨ ਪ੍ਰਾਪਤ ਕਰ ਰਹੇ ਹਨ।